ਮੈਲਾ ਕਾਰਾਂ ਦਾ ਮੈਂ ਵਾਦਾ ਨਹੀਂ ਕਰਦਾ, ਜ਼ਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜ਼ਿਆਦਾ ਨਹੀਂ ਕਰਦਾ। ਚੁੱਕ ਕੇ ਤੇਰੇ ਅੱਗੇ ਰਹਿ ਲਾਂਗਾ, ਜਾਨ ਜਾਨ ਤੈਨੂੰ ਬੋਲਾਂਗਾ, ਜੋ ਮਨ ਚ ਹੋ ਬੋਲ ਦਵਾਂਗਾ, ਨਾ ਝੂਠ ਤੇਰੇ ਨਾ ਬੋਲਾਂਗਾ। ਜੇ ਤੂੰ ਬੋਲੇ ਤਾਂ ਸੱਜਣਾ ਇਨਕਾਰ ਨਹੀਂ ਕਰਦਾ, ਜ਼ਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜ਼ਿਆਦਾ ਨਹੀਂ ਕਰਦਾ, ਜ਼ਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜ਼ਿਆਦਾ ਨਹੀਂ ਕਰਦਾ। ਮੈਂ ਬਣ ਜਾਵਾਂ ਤੇਰੇ ਸ਼ਹਿਰ ਦਾ ਰਸਤਾ, ਤੂੰ ਬਣ ਜੇ ਮੇਰਾ ਰਾਣੀ, ਬਣ ਜਾਵਾਂ ਤੇਰੇ ਘਰ ਦਾ ਬੂਟਾ ਜਿੱਥੇ ਤੂੰ ਦੇਵੇ ਪਾਣੀ, ਤੇਰੇ ਤੋਂ ਇਲਾਵਾ ਕਿਸੇ ਤੇ ਐਤਬਾਰ ਨਹੀਂ ਕਰਦਾ, ਜ਼ਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜ਼ਿਆਦਾ ਨਹੀਂ ਕਰਦਾ। ਦੋ ਰੂਹਾਂ ਦੀ ਐਸੀ ਕਹਾਣੀ, ਦਿਲ ਵਿੱਚ ਪਿਆਰ ਅੱਖਾਂ ਚ ਪਾਣੀ, ਤੂੰ ਬਣਨਾ ਮੇਰੇ ਮਾਪਿਆਂ ਦੀ ਪੂਰੀ ਹੋਣੀ ਹੈ ਆਸ ਪੁਰਾਣੀ, ਬਣ ਜਾਣਾ ਤੂੰ ਮੇਰੀ ਰਾਣੀ, ਆਉਣ ਨੀ ਦੇਣਾ ਨੈਣਾ ਚੋ ਪਾਣੀ, ਇਹ ਦਿਲ ਤੇਰੇ ਨਾਮ ਕੀਤਾ ਹੈ ਤੂੰ ਹੀ ਸਾਰੇ ਦੁੱਖ ਸੁੱਖ ਜਾਣੀ, ਤੇਰੀ ਹੱਦ ਪੁੱਟੀ ਸੱਜਣਾ ਮੈਂ ਪਾਰ ਨਹੀਂ ਕਰਦਾ, ਜ਼ਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜ਼ਿਆਦਾ ਨਹੀਂ ਕਰਦਾ। ਲਓ ਮਿੱਤਰੋ, ਇੱਕ ਤੁਹਾਡੇ ਲੈ ਕੇ ਆਏ ਨਵੀਂ ਅਪਡੇਟ, ਅਤੇ ਅਪਡੇਟ ਵੀ ਤੁਹਾਨੂੰ ਸੁਣਾਉਂਦੇ ਹਾਂ। ਪਹਿਲੇ ਸਾਡਾ ਜਿਹੜਾ ਮੇਨ ਕੰਮ ਹੁੰਦਾ ਉਹ ਤੁਹਾਨੂੰ ਦੱਸ ਦਈਏ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਦਬਾਓ, ਠੀਕ ਹੈ, ਜੋ ਕਿ ਤੁਹਾਨੂੰ ਹਰ ਇੱਕ ਨਵੀਂ ਅਪਡੇਟ ਮਿਲ ਸਕੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇਹ ਜਿਹੜੀ ਇਹ ਹੈਗਾ ਤੁਹਾਡਾ ਇੱਕ ਲੈਟਰ, ਠੀਕ ਹੈ, ਪਟੀਸ਼ਨ ਦਾ ਲੈਟਰ ਹੈ। ਹੁਣ ਤੁਹਾਨੂੰ ਇਹ ਸਮਝਾਉਂਦੇ ਕੀ ਗੱਲਬਾਤ ਹੈ, ਰਿਟ ਕਿਹਦੇ 'ਤੇ ਲੱਗੇ ਕਰਦੀ ਹੈ, ਜਿਹੜੀ ਰਿਟ ਲੱਗਣੀ ਉਹ PTPLUS ਬੋਰਡ ਦੇ ਜਿਹੜਾ ਫਾਇਰਮੈਨ ਐਂਡ ਡਰਾਈਵਰ ਆਪਰੇਟਰ ਦਾ ਜੋ ਤੁਹਾਡਾ ਫਿਜੀਕਲ ਟੈਸਟ ਹੈਗਾ ਉਹਦੇ 'ਤੇ ਲੱਗਣੀ ਹੈ। ਆਹ ਤੁਹਾਡੇ ਸਾਹਮਣੇ ਆ, ਅਤੇ ਸਭ ਤੋਂ ਪਹਿਲੇ ਉੱਪਰ ਦੇਖੋ 145 CWP 26552 2023 ਨੰਬਰ ਹੈਗਾ ਇਹਦਾ, ਠੀਕ ਹੈ, ਜੋ ਲੈਟਰ ਹੈਗਾ ਗੁਰਵਿੰਦਰ ਸਿੰਘ BS ਸਟੇਟ ਆਫ ਪੰਜਾਬ ਐਂਡ ਆਦਰਸ ਪ੍ਰੈਜੈਂਟ ਮਿਸਟਰ ਅਰੁਣ ਕੁਮਾਰ ਐਡਵੋਕੇਟ ਫਾਰ ਦਾ ਪਟੀਸ਼ਨ ਮਿਸਟਰ ਪਰਮਜੀਤ ਭੱਟ ਐਂਡ AG ਪੰਜਾਬ, ਠੀਕ ਹੈ। ਇਹਦੇ ਵਿੱਚ ਹੁਣ ਇਹਨਾਂ ਦਾ ਮਤਲਬ ਕਿ ਜਿਹੜੀ ਰਿਟ ਪਾਉਣ ਦਾ ਮੇਨ ਕਾਰਨ ਹੈਗਾ ਉਹ ਹੈਗਾ ਕਿ ਜਿਹੜਾ ਤੁਹਾਡੀ ਪੋਸਟ ਸੀ ਫਾਇਰਮੈਨ ਡਰਾਈਵਰ ਓਪਰੇਟਰ ਦੀ, ਉਹਦੇ ਵਿੱਚ ਜਿਹੜਾ ਫਿਜੀਕਲ ਟੈਸਟ ਹੋਇਆ, ਠੀਕ ਹੈ, ਅਤੇ ਜਿਹੜਾ ਫਿਜੀਕਲ ਟੈਸਟ ਹੋਇਆ ਉਹਦੇ ਵਿੱਚ ਕੀ ਕੀਤੀ, ਸਟਾਫ ਨੇ ਹੈਲਪ ਕੀਤੀ ਹੈ, ਠੀਕ ਹੈ, ਬੱਚਿਆਂ ਦੀ ਕਿ ਉਹਨਾਂ ਨੂੰ ਫਿਜੀਕਲ ਕਲੀਅਰ ਕਰਨ ਦੇ ਵਿੱਚ। ਇਹਦੇ ਵਿੱਚ ਰਿਟ ਦਾ ਆਹੀ ਮੋਟਿਵ ਰੱਖਿਆ ਗਿਆ ਕਿ ਜਿਹੜਾ ਸਟਾਫ ਸੀਗਾ ਉਹਨੇ ਹੈਲਪ ਕੀਤੀ ਹੈ ਟੈਸਟ ਕਲੀਅਰ ਕਰਾਉਣ ਦੇ ਵਿੱਚ, ਫਿਜੀਕਲ ਟੈਸਟ ਕਲੀਅਰ ਕਰਾਉਣ ਦੇ ਵਿੱਚ।
ਠੀਕ ਹੈ। ਇਹਦੇ ਵਿੱਚ ਇਹ ਤੁਹਾਨੂੰ ਦੱਸਤਾ ਮੈਂ ਪੰਜਾਬੀ ਦੇ ਵਿੱਚ, ਜਿਹੜੇ ਅੰਗਰੇਜ਼ੀ ਸਮਝ ਸਕਦੇ ਉਹ ਪੜ੍ਹ ਸਕਦੇ ਆ, ਠੀਕ ਹੈ। ਉਹਨਾਂ ਨਾਲ ਉਹਨਾਂ ਦਾ ਕਹਿਣਾ ਇਹੋ ਹੀ ਹੈ ਜਿਨ੍ਹਾਂ ਰਿੱਟ ਪਾਈ ਹੈ। ਅਤੇ ਇਹਦਾ ਜਿਹੜਾ ਫੈਸਲਾ ਹੋਣਾ ਹੈ ਨਾ, ਇਹ ਹੋਣਾ 27 ਤਰੀਕ ਨੂੰ, ਦੂਜੇ ਮਹੀਨੇ 2024 ਦੇ ਵਿੱਚ, ਠੀਕ ਹੈ। ਜਿਹੜਾ ਵੀ ਅੱਗੇ ਨੈਕਸਟ ਜਿਹੜੀ ਡੇਟ ਆਉਂਦੀ ਹੈ ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜਾਣਾ ਇਹ ਡੇਟ ਦੇ ਦਿੱਤੀ, ਉਹਨਾਂ ਡੇਟ ਜਿਹੜੀ ਤੁਹਾਡੇ ਵਾਸਤੇ ਫਾਈਨਲ ਡਿਸੀਜਨ ਲਏਗੀ, ਜਾਂ ਇਸ ਤੋਂ ਅੱਗੇ ਹੋ ਸਕਦਾ ਕਿ ਅੱਗੇ ਵੀ ਆ ਜੇ, ਕੁਛ ਨਹੀਂ ਕਹਿ ਸਕਦੇ ਆਪਾਂ। ਅਤੇ ਜਿਹੜਾ ਨੋਟਿਸ ਆਉਣਾ ਆ ਆਹ ਤੁਹਾਡੇ ਲਈ 27 ਨੂੰ ਆ ਜਾਣਾ, ਦੂਜੇ ਮਹੀਨੇ ਦੀ 2024 ਦੇ ਵਿੱਚ। ਅਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਇਹ ਰਿੱਟ ਜਿਹੜੀ ਲੱਗੀ, ਜਿਹੜਾ ਐਪਲੀਕੇਸ਼ਨ, ਜਿਹੜਾ ਅਰਜ਼ੀ ਦਾਖਲ ਕੀਤੀ ਗਈ ਹੈ, ਇਹ 24/11/2023 ਨੂੰ ਪਾਈ ਗਈ ਹੈ। ਇਹ ਹੈਗੀ ਸੰਜੀਵ ਪ੍ਰਕਾਸ਼ ਸ਼ਰਮਾ ਜੱਜ ਨੂੰ ਪਾਈ ਗਈ ਹੈ, ਠੀਕ ਹੈ। ਇਹ ਵੀ ਤੁਹਾਨੂੰ ਪਤਾ ਲੱਗ ਗਿਆ। ਅਤੇ ਹੁਣ ਇਹਦਾ ਜਿਹੜਾ ਫੈਸਲਾ ਹੋਣਾ ਆ, ਜੋ ਵੀ ਇਹਦਾ ਨੋਟਿਸ ਆਉਣਾ ਆ, ਇਹ ਆਉਣਾ ਆ, ਆਹ ਡੇਟ ਪਾ ਦਿੱਤੀ ਗਈ ਹੈ। ਅਤੇ ਹੁਣ ਦਿਖਦੇ ਹਾਂ ਕਿ ਆਪਾਂ ਜਿਹੜੀ ਰਿੱਟ ਦਾ ਫੈਸਲਾ ਕੀ ਆਉਂਦਾ ਆ, ਠੀਕ ਹੈ। ਰਿੱਟ ਤਾਂ ਉਹਨਾਂ ਨੇ ਮਤਲਬ ਕਿ ਆਪਣਾ ਲੈਟਰ ਟਾਈਪ ਕਰਕੇ ਪਾ ਦਿੱਤਾ, ਅਰਜ਼ੀ ਦੇ ਦਿੱਤੀ ਹੈ, ਠੀਕ ਹੈ। ਅਤੇ ਸਭ ਕੁਝ ਦੇ ਦਿੱਤਾ ਇਹਦੇ ਉੱਪਰ। ਹੁਣ ਆਪਾਂ ਸਿਰਫ ਦੇਖਦੇ ਹਾਂ ਕਿ ਕੀ ਹੁੰਦਾ, ਕਿ ਕਾਲ ਲੈਟਰਾਂ ਦਾ ਕੀ ਮਸਲਾ ਹੱਲ ਹੁੰਦਾ ਆ, ਫਿਜ਼ੀਕਲ, ਜੋ ਫਿਜ਼ੀਕਲ ਟੈਸਟ ਹੋਇਆ, ਠੀਕ ਹੈ। ਅਤੇ ਜੇ ਵਾਕਈ ਉਹਨਾਂ ਨੇ ਹੈਲਪ ਕਰਵਾਈ ਹੈ, ਠੀਕ ਹੈ, ਜੇ ਕੁਝ ਵਿੱਚ ਜਿਹੜੀ ਵੀਡੀਓ ਬਣੀ ਪਈ ਹੈ, ਮੰਨ ਲਓ ਕਿ ਪੇਪਰ ਜਦੋਂ ਫਿਜ਼ੀਕਲ ਟੈਸਟ ਹੁੰਦਾ, ਇੱਕ ਰਿਕਾਰਡ ਹੁੰਦਾ, ਵੀਡੀਓ ਰਿਕਾਰਡ ਹੁੰਦਾ, ਉਹਦੇ ਵਿੱਚ ਜੇ ਕਿਤੇ ਉਹਨਾਂ ਨੂੰ ਲੱਗਿਆ ਕਿ ਵਾਕਈ ਕੁਝ ਇੱਦਾਂ ਦਾ ਮਤਲਬ ਕਿ ਗੜਬੜੀ ਹੋਈ ਹੈ ਫਿਜ਼ੀਕਲ ਲੈਂਦਿਆਂ ਦੇ ਵਿੱਚ, ਠੀਕ ਹੈ, ਕੋਈ ਗੜਬੜੀ ਪਾਈ ਗਈ ਹੈ, ਤਾਂ ਫਿਰ ਉਹ ਇਹ ਰਿੱਟ ਦਾ ਫਿਰ ਜਾਇਜ਼ ਹੋ ਜਾਣਾ, ਫਿਰ ਤੁਹਾਡੇ ਨਾਲ ਫਿਜ਼ੀਕਲ ਟੈਸਟ ਦੁਬਾਰਾ ਹੋਣ ਦੇ ਚਾਂਸ ਹੈਗੇ ਆ, ਠੀਕ ਹੈ। ਅਤੇ ਜੇ ਉਹ ਸਹੀ ਪਾਈ ਜਾਂਦੀ ਹੈ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਕਾਲ ਲੈਟਰ ਥੋੜ੍ਹੇ ਟਾਈਮ ਬਾਅਦ ਮਤਲਬ ਕਿ ਮਿਲ ਹੀ ਜਾਣੇ ਆ। ਅਤੇ ਜੇ ਨਹੀਂ ਤਾਂ ਫਿਰ ਰਿੱਟ ਦਾ ਫੈਸਲਾ ਦੁਬਾਰਾ ਹੋਊਗਾ, ਦੁਬਾਰਾ ਫਿਰ ਫਿਜ਼ੀਕਲ ਟੈਸਟ ਹੋਵੇਗਾ, ਅਤੇ ਫਿਰ ਫਾਈਨਲ ਮੈਰਿਟ ਲਿਸਟ ਬਣੂਗੀ, ਅਤੇ ਫਿਰ ਲੈਟਰ ਤੁਹਾਡੇ ਮਿਲਣਗੇ। ਅਤੇ ਹੁਣ ਆਪਾਂ ਜਾਂਦੇ ਜਾਂਦੇ ਇੱਕੋ ਗੱਲ ਕਹਿਣੀ ਹੈ ਸਾਰਿਆਂ ਨੂੰ ਕਿ ਭਾਈ ਰੇਟਾਂ ਤਾਂ ਲੱਗਣੀਆਂ ਹੈ, ਠੀਕ ਹੈ। ਜਿੱਥੇ ਕੋਈ ਗੜਬੜੀ ਹੋਈ ਜਾਂ ਨਾ ਹੋਵੇ, ਪਰ ਗੜਬੜ ਜਿੱਥੇ ਹੁੰਦੀ ਉੱਥੇ ਰੇਟ ਲੱਗੂਗੀ। ਅੱਛਾ, ਹੁਣ ਆਪਾਂ ਜਾਂਦੇ ਜਾਂਦੇ ਫਿਰ ਉਹੀ ਗੱਲ 'ਤੇ ਆ ਗਏ ਹਾਂ ਕਿ ਚੈਨਲ ਮੇਰੇ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਠੀਕ ਹੈ, ਅਤੇ ਨਵੀਂ ਅਪਡੇਟ ਦੇ ਲਈ। ਚਲੋ ਮਿਲਦੇ ਹਾਂ ਆਪਾਂ ਨੈਕਸਟ